ਤੂੰ ਤਾਂ ਭੱਜ ਨਹੀਂ ਆਉਣਾ ਆਪਣੇ ਐਂਟਰੀ ਦਾ ਮੈਂ ਦੇਖਣ ਵਾਲੀ Hello? ਅਜੇ ਤੱਕ ਨਾ ਉਹ ਰਾਸ਼ਟਰਪਤੀ ਨੂੰ ਮਿਲਿਆ ਨਾ ਉਹਨਾਂ ਨੇ ਕੋਈ ਇਸ ਸੰਬੰਧ ਵਿੱਚ ਕਾਰਵਾਈ ਕਰੀ ਆ। ਇਸ ਦੇ ਸੰਬੰਧ ਵਿੱਚ ਪ੍ਰੋਫੈਸਰ ਕਰਪਾਲ ਸਿੰਘ ਬਲੂੰਗਰ ਹੋਣਾ ਨੂੰ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ। ਜੇਕਰ ਰਾਸ਼ਟਰਪਤੀ ਨੇ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਤਾਂ ਇਹ ਇੱਕ ਉਸ ਮਹਾਨ ਸੰਸਥਾ ਦਾ ਵੀ ਅਪਮਾਨ ਹੈ। ਲਕਸ਼ਾ ਬਾਰੇ ਕੀ ਕਹਿਣਾ ਚਾਹੁੰਦੇ ਜੀ? ਸੱਚ, ਇਮਾਨਦਾਰੀ ਅਤੇ ਸੱਚਾਈ ਤੋਂ ਸੱਖਣੀ ਇਸ ਰਾਜਨੀਤਿਕ ਮੌਕਾ ਪ੍ਰਸਤੀ ਨੂੰ ਸਮਰਪਿਤ ਸਮਝੌਤਿਆਂ ਦੀ ਅਸੂਲਾਂ ਨੂੰ ਛੱਡ ਕੇ ਸਮਝੌਤਿਆਂ ਦੇ ਵਿੱਚ ਉਲਝੀ ਇਸ ਰਾਜਨੀਤੀ ਦੇ ਵਿੱਚ ਮੇਰਾ ਕੋਈ ਵਿਸ਼ਵਾਸ ਨਹੀਂ ਹੈ। ਮੈਂ ਸੱਚ ਦੇ ਮਾਰਗ ਦਾ ਪਾਂਧੀ ਹਾਂ। ਮੈਂ ਦਿੱਲੀ ਦੇ ਹੁਕਮਰਾਨਾਂ ਵੱਲੋਂ ਸੁਣਾਏ ਜਾਣ ਵਾਲੇ ਆਖਰੀ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ। ਇਸ ਸਮੁੱਚੀ ਸਾਰੀਆਂ ਪਾਰਟੀਆਂ ਦਾ ਇੱਕੋ ਇੱਕ ਮਕਸਦ ਹੈ, ਪੰਜਾਬ ਦੇ ਲੋਕਾਂ ਨੂੰ ਭਰਮਾ ਕੇ ਕਿਵੇਂ ਉਹਨਾਂ ਦੀ ਲੁੱਟ ਕਸੁੱਟ ਜਾਰੀ ਰੱਖੀ ਜਾਵੇ। ਇਸ ਲਈ ਮੇਰਾ ਇਸ ਮੌਕਾ ਪ੍ਰਸਤੀ ਦੀ ਰਾਜਨੀਤੀ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਹੈ। ਸਰਬੱਤ ਪਾਲ ਸਾਹਿਬ ਬਾਰੇ ਕੀ ਕਹਿਣਾ ਚਾਹੁੰਦੇ ਜੀ? ਸਰਬੱਤ ਖਾਲਸਾ ਦੇ ਧਰਨ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ। ਚਲੋ ਬਾਬੇ ਜੀ, ਚਲੋ ਕੰਪਲੇਂਟ ਲਿਖਾਉਣਗੇ।